ਤਾਂ ਲੋਕ ਕਰੋੜਾਂ ਰੁਪਇਆ ਚੁੱਕੀ ਫਿਰਦੇ ਨੇ ਅਗਲੇ ਬਿਨਾਂ ਪੈਸੇ ਤੋਂ ਕੋਈ ਟਿਕਟ ਨਹੀਂ ਦਿੰਦਾ ਕਾਂਗਰਸ ਦੇ ਵਿੱਚ, ਜੋ ਕਾਂਗਰਸ ਦਾ ਕਲਚਰ ਬਣ ਗਿਆ, ਇਸੇ ਕਰਕੇ ਮੈਂ ਕਾਂਗਰਸ ਨੂੰ ਅਲਵਿਦਾ ਕਿਹਾ ਸੀ। ਇੱਕ ਇਲਜ਼ਾਮ ਸਿੱਧੇ ਤੌਰ 'ਤੇ ਕਾਂਗਰਸ 'ਤੇ ਲਗਾਇਆ ਕਿ ਹੋ ਸਕਦਾ ਇਹ ਸਭ ਇੱਕ ਸਾਜਿਸ਼ ਹੋ ਸਕਦੀ ਹੈ, ਫਿਰ ਇਹ ਸਾਜਿਸ਼ ਤੋਂ ਮਤਲਬ ਕਿ ਤੁਹਾਡੇ ਨਾਮ ਦੇ ਉੱਤੇ ਹੀ ਇਹ ਸਾਜਿਸ਼ ਕਿਉਂ? ਉਹਨਾਂ ਦੇ ਜਿਹੜੇ ਕੈਂਡੀਡੇਟਸ ਵਿੱਚ ਫਰਕ ਪਾਉਣਾ ਕਿ ਜੇ ਤੁਸੀਂ ਨਾ ਇਕੱਠੇ ਹੋਏ ਤਾਂ ਤੁਸੀਂ ਦੇਖ ਲਓ ਉਹ ਵਾਪਸ ਜਿਹੜਾ ਆ ਕੇ ਇੱਥੇ ਇਲੈਕਸ਼ਨ ਜਿਹੜਾ ਲੜੇ। ਕਾਂਗਰਸ ਨੂੰ ਦੋ ਬੰਦੇ ਚਾਹੀਦੇ ਆ ਜਿਹੜਾ ਇਹਨੂੰ ਕੇਟਰਿੰਗ ਕਰਨਾ, ਇਲੈਕਟ੍ਰਿੰਗ ਕਰਨ, ਕੇਟਰਿੰਗ ਕਰਨ। ਕੋਈ ਸਪਸ਼ਟ ਤੌਰ 'ਤੇ ਨੌਕਰੀ ਨਹੀਂ ਦਿੱਤੀ ਗਈ, ਗਰੰਟੀਆਂ ਦੀ ਗੱਲ ਕਰਦੇ, ਕਹਿੰਦੇ ਅਸੀਂ ਤਾਂ ਕੰਮ ਦੀ ਰਾਜਨੀਤੀ ਕਰਕੇ ਵੋਟ ਮੰਗਣੀ, ਤਾਂ ਹੀ ਉਹ 92 ਦੇ ਉੱਤੇ ਸਥਿਤੀਆਂ ਦੇ ਉੱਤੇ ਆ ਗਏ। ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ, ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਿਛਲੇ ਦਿਨਾਂ 'ਚ ਕਾਫ਼ੀ ਜ਼ਿਆਦਾ ਫੇਰ ਬਦਲ ਦੇਖਣ ਨੂੰ ਮਿਲਿਆ, ਜਿਸ ਦੇ ਕਰਕੇ ਬਹੁਤ ਸਾਰੇ ਲੀਡਰਸ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ 'ਚ ਆਏ। ਲੋਕ ਸਭਾ ਦੀਆਂ ਚੋਣਾਂ ਹੋਈਆਂ, ਬਤੌਰ ਉਮੀਦਵਾਰ ਚੋਣਾਂ ਵੀ ਲੜੀਆਂ ਗਈਆਂ, ਪਰ ਜਿੱਦਾਂ ਹੀ ਇਹ ਪਾਰਟੀ ਦੇ ਵਿੱਚ ਫੇਰ ਬਦਲ ਹੋਇਆ, ਉਸ ਤੋਂ ਬਾਅਦ ਜਲੰਧਰ ਦੇ 22 ਇਲੈਕਸ਼ਨਸ ਦਾ ਮਾਹੌਲ ਬਣ ਗਿਆ, ਜਲੰਧਰ ਵੈਸਟ ਹਲਕੇ 'ਚ ਮਾਹੌਲ ਬਣਿਆ, ਔਰ ਉਸ ਤੋਂ ਬਾਅਦ ਜਦੋਂ ਇਹਨਾਂ ਇਲੈਕਸ਼ਨਸ ਦੀ ਅਨਾਊਂਸਮੈਂਟ ਹੁੰਦੀ ਹੈ, ਕੈਂਡੀਡੇਟਸ ਦੀ ਅਨਾਊਂਸਮੈਂਟ ਹੋਣ ਦਾ ਸਮਾਂ ਆ ਜਾਂਦਾ ਹੈ, ਤਾਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ। ਕਹਿ ਰਹੇ ਨੇ ਕਿ ਇੱਕ ਲੀਡਰ ਜਿਹੜੇ ਨੇ ਜਲੰਧਰ ਦੇ ਉਹ ਘਰ ਵਾਪਸੀ ਕਰ ਸਕਦੇ ਨੇ। ਜੀ ਹਾਂ, ਉਸ ਲੀਡਰ ਦਾ ਨਾਮ ਹੈ ਮੋਹਿੰਦਰ ਸਿੰਘ ਕੇਪੀ। ਕੀ ਖਬਰ ਹੈ, ਕਿਸ ਤਰੀਕੇ ਦੇ ਨਾਲ ਖਬਰ ਫੈਲੀ, ਇਸ ਬਾਬਤ ਸਾਡੇ ਨਾਲ ਗੱਲ ਕਰਨੀ। ਮੇਰੇ ਸੇ ਕੇਪੀ ਸਾਹਿਬ ਖੁਦ ਬੈਠੇ ਨੇ, ਜ਼ਰੂਰ ਇਹਨਾਂ ਤੋਂ ਸਵਾਲ ਪੁੱਛਾਂਗੇ ਕਿ ਇਹ ਵਾਕਈ ਘਰ ਵਾਪਸੀ ਕਰ ਰਹੇ ਨੇ ਜਾਂ ਫਿਰ ਖਬਰਾਂ ਕਿਸ ਤਰੀਕੇ ਉੱਠੀਆਂ। ਸੋ ਕੇਪੀ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਲਿਮਿੰਗ ਦੇ। ਮਿਹਰਬਾਨੀ ਜੀ। ਕੇਪੀ ਸਾਹਿਬ, ਬੀਤੇ ਦਿਨ ਅਸੀਂ ਬੈਠੇ ਸੀਗੇ, ਕੱਲ੍ਹ ਸ਼ਾਮ ਦੇ ਕਰੀਬ ਜੇਕਰ ਗੱਲ ਕਰੀਏ ਤਾਂ ਇੱਕ ਖਬਰ ਸਾਹਮਣੇ ਆਈ, ਕਹਿ ਰਹੇ ਨੇ ਕਿ ਮਹਿੰਦਰ ਕੇਪੀ ਸਾਹਿਬ ਜਿਹੜੇ ਨੇ ਉਹ ਕਾਂਗਰਸ 'ਚ ਘਰ ਵਾਪਸੀ ਕਰ ਰਹੇ ਨੇ। ਕਾਂਗਰਸ ਘਰ ਵਾਪਸੀ ਹੋਏਗੀ, ਹਾਈਕਮਾਂਡ ਨਾਲ ਕੇਪੀ ਸਾਹਿਬ ਦੀ ਗੱਲ ਹੋ ਗਈ ਹੈ, ਕੇਪੀ ਸਾਹਿਬ ਨੂੰ ਜਲੰਧਰ ਵੈਸਟ ਤੋਂ ਬਤੌਰ ਉਮੀਦਵਾਰ ਵੀ ਉਤਾਰਿਆ ਜਾ ਰਿਹਾ, ਅਜਿਹੀਆਂ ਖਬਰਾਂ ਸਾਹਮਣੇ ਆਈਆਂ। ਇਹ ਖਬਰ ਹੈ ਕੀ ਹੈ, ਕਿੱਦਾਂ ਇਹ ਖਬਰ ਉੱਠੀ ਹੈ, ਖੰਡਨ ਕੀ ਹੈ ਇਸ ਚੀਜ਼ ਦਾ? ਨਹੀਂ, ਗੱਲ ਇਹ ਆ ਕਿ ਕੱਲ੍ਹ ਸ਼ਾਮ ਨੂੰ ਹੀ 5 ਵਜੇ ਅਸੀਂ ਮੀਟਿੰਗ ਕਰ ਰਹੇ ਸੀ, ਦਿਲਵਾਗ ਨਗਰ ਸਾਡੇ ਇੱਕ ਮਹੱਲਾ ਹੈ, ਉੱਥੇ ਸਾਡੀ ਪਾਰਟੀ ਦੀ ਮੀਟਿੰਗ ਸੀ ਸ਼੍ਰੋਮਣੀ ਅਕਾਲੀ ਦਲ ਦੀ, ਅਤੇ ਅਸੀਂ ਉੱਥੇ ਆਪਣੇ ਕੈਂਡੀਡੇਟ ਜਿਹੜੇ ਆ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਉਹ ਸ਼ਾਰਟਲਿਸਟ ਕਰ ਰਹੇ ਸੀ, ਅਤੇ ਉੱਥੇ ਮੈਂ ਸੋਸ਼ਲ ਮੀਡੀਆ 'ਤੇ ਇੱਕ ਮੈਸੇਜ ਦੇਖਿਆ, ਮੈਂ ਬੜਾ ਹੈਰਾਨ ਹੋ ਗਿਆ, ਮੇਰੀ ਫੋਟੋ ਲੱਗੀ ਸੀਗੀ ਕਿ ਘਰ ਵਾਪਸੀ ਹੈ। ਮੈਂ ਉੱਥੇ ਆਪਣੇ ਲੀਡਰ ਬੀਬੀ ਜਗੀਰ ਕੌਰ ਬੈਠੀ ਸੀ, ਬਡਾਲਾ ਸਾਹਿਬ ਬੈਠੇ ਸੀ, ਉਹਨਾਂ ਨੂੰ ਮੈਂ ਦਿਖਾਇਆ, ਮੈਂ ਕਿਹਾ ਜੀ ਦੇਖੋ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕਿਸ ਤਰ੍ਹਾਂ ਦੀਆਂ ਨਿਊਜ਼ ਚੱਲ ਰਹੀਆਂ, ਆਪਾਂ ਇੱਥੇ ਬੈਠ ਕੇ ਟਿਕਟਾਂ ਫਾਈਨਲ ਕਰ ਰਹੇ ਹਾਂ, ਟਿਕਟ ਫਾਈਨਲ ਕਰ ਰਹੇ ਹਾਂ, ਅਤੇ ਨਿਊਜ਼ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਚੱਲ ਰਹੀ ਹੈ। ਤੋ ਨੋਰਮਲੀ ਇਹ ਹੁੰਦਾ ਵੀ ਮੀਡੀਆ ਨਿਊਜ਼ ਹੈ, ਸੋਸ਼ਲ ਮੀਡੀਆ ਨਿਊਜ਼ ਹੈ, ਅਤੇ ਟੈਂਪਰੇਰੀ ਨਿਊਜ਼ ਹੋਏਗੀ, ਆਪਣੀ ਫੇਜ਼ ਆਊਟ ਹੋ ਜਾਏਗੀ। ਲੇਕਿਨ ਜਦੋਂ ਅਖਬਾਰਾਂ ਸਵੇਰੇ ਦੇਖੀਆਂ, ਅਖਬਾਰਾਂ ਦੇ ਵਿੱਚ ਇੰਨਾ ਬੜਾ ਚੜਾ ਕੇ ਜਿਹੜਾ ਲਿਖਿਆ ਗਿਆ, ਮੈਨੂੰ ਲੱਗਦਾ ਇਹਦੇ ਵਿੱਚ ਕਾਂਗਰਸ ਘਬਰਾ ਗਈ ਹੈ ਜਲੰਧਰ ਵੈਸਟ ਦੇ ਵਿੱਚ, ਔਰ ਉਹਨਾਂ ਨੂੰ ਕੋਈ ਸੂਟੇਬਲ ਕੈਂਡੀਡੇਟ ਮਿਲ ਨਹੀਂ ਰਿਹਾ, ਔਰ ਉਹਨਾਂ ਨੇ ਇੱਕ ਹਵਾ ਜਿਹਾ ਕ੍ਰੀਏਟ ਕੀਤਾ ਕਿ ਇਸ ਤਰੀਕੇ ਦੇ ਨਾਲ ਹਵਾ ਕ੍ਰੀਏਟ ਕਰੋ ਤਾਂ ਕਿ ਜਿਹੜੇ 20, 22, 23 ਕੈਂਡੀਡੇਟ ਇਹਨਾਂ ਦੇ ਹੈਗੇ ਆ, ਉਹਨਾਂ ਦੇ ਵਿੱਚ ਇਹ ਆ ਗਿਆ ਵੀ ਹਾਏ ਕਿਤੇ ਕੇਪੀ ਨਾ ਆ ਜਾਵੇ, ਇਸ ਕਰਕੇ ਤੁਸੀਂ ਇਕੱਠੇ ਹੋ ਜਾਓ। ਔਰ ਮੈਨੂੰ ਇਹ ਲੱਗਦਾ ਕਿ ਇੱਕ ਬਿਲਕੁਲ ਪਲੈਨ ਤਰੀਕੇ ਦੇ ਨਾਲ ਇਹ ਜਿਹੜੀ ਇੱਕ ਕਿਸਮ ਦੀ ਸਾਜਿਸ਼ ਕੀਤੀ ਗਈ ਕਿ ਸਾਰਿਆਂ ਨੂੰ ਬੁਲਾਇਆ ਗਿਆ, ਜਿਹੜੇ ਕੈਂਡੀਡੇਟ ਆ ਜਿਨ੍ਹਾਂ ਨੇ ਅਪਲਾਈ ਕੀਤਾ, ਇੱਕ ਇੱਥੇ ਹੋਟਲ ਹੈ 66 ਫੁੱਟੀ ਰੋਡ ਦੇ ਉੱਤੇ, ਔਰ ਉੱਥੇ ਆਪ ਫੋਨ ਕਰਕੇ ਬੁਲਾਏ ਗਏ, ਔਰ ਬੁਲਾ ਕੇ ਉਹਨਾਂ ਨੇ ਕਿਹਾ ਗਿਆ ਕਿ ਦੇਖੋ ਜੀ ਆਹ ਗੱਲ ਜਿਹੜੀ ਇੱਥੇ ਹੋ ਰਹੀ ਹੈ, ਜਦਕਿ ਉਹਦੇ ਵਿੱਚ ਕੋਈ ਸੱਚਾਈ ਨਹੀਂ, ਕੋਈ ਗੱਲ ਨਹੀਂ, ਔਰ ਉਹਨਾਂ ਤੋਂ ਕਹਾਇਆ ਗਿਆ ਕਿ ਜੇ ਇੱਦਾਂ ਦਾ ਕੰਮ ਹੋ ਗਿਆ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਮੈਨੂੰ ਬੜੀ ਹੈਰਾਨੀ ਹੋਈ ਇਸ ਗੱਲ ਦੀ ਕਿ ਇੱਕ ਹਲਕਾ ਜਿਹਦੇ ਵਿੱਚ 23-24 ਉਮੀਦਵਾਰ ਆ, ਉਹਨਾਂ ਨੂੰ ਹਲੇ ਸ਼ਾਰਟਲਿਸਟ ਨਹੀਂ ਕਰ ਪਾਏ, ਕਦੇ ਕੋਈ ਕਰ ਰਹੇ ਨੇ ਕਦੇ ਕੋਈ, ਚਲੋ ਉਹਨਾਂ ਦੀ ਪਾਰਟੀ ਦਾ ਆਪਣਾ ਇਹ ਫੈਸਲਾ ਹੋਏਗਾ ਜਿਸ ਨੂੰ ਵੀ ਉਮੀਦਵਾਰ ਬਣਾਉਣਗੇ, ਲੇਕਿਨ ਇੱਕ ਲੋਕ ਉਹ ਕੈਂਡੀਡੇਟਸ ਦੇ ਵਿੱਚ ਭਰਮ ਪਾਉਣ ਦੀ ਕੋਸ਼ਿਸ਼ ਜਿਹੜੀ ਹੈ, ਮੈਂ ਸਮਝਦਾ ਇੱਕ ਸਾਜਿਸ਼ ਦੇ ਤੌਰ ਦੇ ਉੱਤੇ ਕੀਤੀ ਗਈ ਆ। ਮੈਂ ਕਾਂਗਰਸ ਦੇ ਵਿੱਚ ਬਹੁਤ ਦੇਰ ਲੰਬਾ ਸਮਾਂ ਰਿਹਾ, ਮੈਨੂੰ ਪਤਾ ਕਾਂਗਰਸ ਦਾ ਕੀ ਸਿਸਟਮ ਹੈ,
ਇੱਦਾਂ ਕਦੇ ਕਾਂਗਰਸ ਵਾਲੇ ਟਿਕਟਾਂ ਨਹੀਂ ਘਰਾਂ 'ਚ ਬਲਾਕ ਬਲਾਕ ਦਿੰਦੀ, ਇੱਥੇ ਤਾਂ ਲੋਕ ਕਰੋੜਾਂ ਰੁਪਇਆ ਚੁੱਕੀ ਫਿਰਦੇ ਨੇ ਅਗਲੇ ਬਿਨਾਂ ਪੈਸੇ ਤੋਂ ਕੋਈ ਟਿਕਟ ਨਹੀਂ ਦਿੰਦਾ ਕਾਂਗਰਸ ਦੇ ਵਿੱਚ, ਜੋ ਕਾਂਗਰਸ ਦਾ ਕਲਚਰ ਬਣ ਗਿਆ, ਇਸੇ ਕਰਕੇ ਮੈਂ ਕਾਂਗਰਸ ਨੂੰ ਅਲਵਿਦਾ ਕਿਹਾ ਸੀ। ਔਰ ਇਹ ਮੈਂ ਸਮਝਦਾ ਕਿ ਇਸ ਵੇਲੇ ਜਿਸ ਤਰੀਕੇ ਨਾਲ ਜਲੰਧਰ ਵੈਸਟ ਦੇ ਵਿੱਚ ਇਹਦੇ ਨਾਲ ਕਾਂਗਰਸ ਨੇ ਆਪਣੇ ਨੰਬਰ ਹੀ ਘਟਾਏ ਆ ਮੈਂ ਤਾਂ ਸਮਝਦਾ, ਕਿਉਂਕਿ ਜੋ ਇੱਕ ਹਵਾ ਬਣਨੀ ਸੀ ਕਾਂਗਰਸ ਦੀ ਹੁਣ ਬਣੇਗੀ ਨਹੀਂ। ਪਰ ਕੇ ਪੀ ਸਾਹਿਬ, ਇੱਥੇ ਜੇ ਤੁਸੀਂ ਆਪਾਂ ਗੱਲ ਕਰੀਏ, ਜਿੱਦਾਂ ਤੁਸੀਂ ਵੀ ਇੱਕ ਇਲਜ਼ਾਮ ਸਿੱਧੇ ਤੌਰ 'ਤੇ ਕਾਂਗਰਸ 'ਤੇ ਲਗਾਇਆ ਕਿ ਹੋ ਸਕਦਾ ਇਹ ਸਭ ਇੱਕ ਸਾਜਿਸ਼ ਹੋ ਸਕਦੀ ਹੈ, ਫਿਰ ਇਹ ਸਾਜਿਸ਼ ਤੋਂ ਮਤਲਬ ਕਿ ਤੁਹਾਡੇ ਨਾਮ ਦੇ ਉੱਤੇ ਹੀ ਇਹ ਸਾਜਿਸ਼ ਕਿਉਂ? ਇਹਦਾ ਇੱਕ ਬਹੁਤ ਵੱਡਾ ਸਵਾਲ ਹੈ। ਨਹੀਂ, ਉਹ ਇਸ ਕਰਕੇ ਕਿ ਉਹ ਉਹਨਾਂ ਦੇ ਜਿਹੜੇ ਕੈਂਡੀਡੇਟਸ ਵਿੱਚ ਭਰਮ ਪਾਉਣਾ ਕਿ ਜੇ ਜੇ ਤੁਸੀਂ ਨਾ ਇਕੱਠੇ ਹੋਏ ਤਾਂ ਤੁਸੀਂ ਦੇਖ ਲਓ ਉਹ ਵਾਪਸ ਜਿਹੜਾ ਆ ਕੇ ਇੱਥੇ ਇਲੈਕਸ਼ਨ ਜਿਹੜਾ ਲੜੇਗਾ। ਉਹ ਇਸ ਤਰ੍ਹਾਂ ਦੀ, ਕਿਉਂਕਿ ਕਾਂਗਰਸ 'ਚ ਏਕਤਾ ਨਹੀਂ ਹੈ, ਕਾਂਗਰਸ ਤਰ੍ਹਾਂ ਤਰ੍ਹਾਂ ਦੇ ਲੋਕ ਹੈ, ਮੈਂ ਵੀ ਕਾਂਗਰਸ ਦੇ ਵਿੱਚ ਰਿਹਾ, ਮੈਨੂੰ ਪਤਾ ਇਹਨਾਂ ਦਾ ਕੀ ਸਿਸਟਮ ਆ। ਹੁਣ ਜਿੰਨੇ ਵੀ ਇਹ ਉਮੀਦਵਾਰ ਹੈ, ਮੰਨਦੇ ਹੋ ਕਿ ਕਿਤੇ ਨਾ ਕਿਤੇ ਹਾਲੇ ਵੀ ਮਹਿੰਦਰ ਸਿੰਘ ਕੇਪੀ ਦਾ ਡਰ ਕਾਂਗਰਸ ਦੇ ਵਿੱਚ ਹੈਗਾ? ਨਹੀਂ, ਦੇਖੋ ਗੱਲ ਇਹ ਆ ਕਿ ਮੈਂ ਜਲੰਧਰ ਦਾ ਰਹਿਣ ਵਾਲਾ, ਜਲੰਧਰ ਵੈਸਟ, ਹਾਲਾਂਕਿ ਜਲੰਧਰ ਵੈਸਟ ਦੇ ਵਿੱਚ ਮੈਂ ਇਲੈਕਸ਼ਨ ਨਹੀਂ ਲੜਿਆ, ਮੈਂ ਜਲੰਧਰ ਸਾਊਥ ਤੋਂ ਲੜਦਾ ਰਿਹਾ ਇਲੈਕਸ਼ਨ। ਔਰ ਇਸ ਕਰਕੇ ਇਹ ਜਿਹੜਾ ਹਲਕਾ, ਅੱਧਾ ਮੇਰਾ ਸੀਗਾ, ਅੱਧਾ ਸ਼ਹਿਰ ਦੇ ਬਾਕੀ ਦੇ ਉੱਧਰੋਂ ਆਣ ਕੇ ਅਟੈਚ ਹੋ ਕੇ ਡੀਲਿਮੀਟੇਸ਼ਨ ਤੋਂ ਬਾਅਦ ਹੋਇਆ, ਕਿਉਂਕਿ ਮੈਂ ਜਲੰਧਰ ਦੇ ਵਿੱਚ ਮੇਰੀ ਪ੍ਰੈਜੈਂਸ ਹੈ, ਮੈਂ ਜਲੰਧਰ ਦਾ ਰਹਿਣ ਵਾਲਾ, ਜਲੰਧਰ ਵੈਸਟ ਹੋਵੇ, ਜਲੰਧਰ ਨੌਰਥ ਹੋਵੇ, ਜਲੰਧਰ ਸੈਂਟਰ ਹੋਵੇ, ਜਲੰਧਰ ਕੈਂਟ ਹੋਵੇ, ਇਹ ਚਾਰ ਹਲਕੇ ਜਿਹੜੇ ਜਲੰਧਰ ਦੇ ਆ, ਜਿਹੜੇ ਜਿਹਨਾਂ ਨੂੰ ਮੈਂ ਸਮਝਦਾ ਕਿ ਅਸੀਂ ਇੱਕ ਜਗ੍ਹਾ ਤੋਂ ਬੈਠ ਕੇ ਕੰਟਰੋਲ ਕਰਦੇ ਹਾਂ। ਔਰ ਕਾਂਗਰਸ ਦੇ ਵੀ ਹੋਣ ਚਾਹੇ ਕਿਸੇ ਵੀ ਪਾਰਟੀ ਦਾ ਕੋਈ ਵੀ ਵਿਅਕਤੀ ਹੋਵੇ, ਮੈਂ ਕਦੇ ਇਹ ਨਹੀਂ ਦੇਖਿਆ ਵੀ ਇਹ ਕਾਂਗਰਸ ਦਾ ਆਇਆ ਜਾਂ ਕਿਸੇ ਹੋਰ ਪਾਰਟੀ ਦਾ, ਮੇਰਾ ਕੰਮ ਹੁੰਦਾ ਜੇ ਕੋਈ ਆਇਆ ਉਹਦਾ ਕੰਮ ਕਰਨਾ। ਇਸ ਕਰਕੇ ਲੋਕ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ, ਔਰ ਇਸ ਕਰਕੇ ਹਮੇਸ਼ਾ ਹੀ ਅਸੀਂ ਲੋਕਾਂ ਦੇ ਵਿੱਚ ਰਹੇ ਹਾਂ। ਠੀਕ ਹੈ, ਮੈਂ ਅਕਾਲੀ ਦਲ ਦੇ ਵਿੱਚ ਗਿਆ, ਘੱਟ ਵੋਟਾਂ ਪਈਆਂ, ਨਹੀਂ ਲੋਕਾਂ ਨੇ ਐਕਸੈਪਟ ਕੀਤਾ, ਹਵਾ ਇਸ ਤਰ੍ਹਾਂ ਦੀ ਹੋ ਗਈ, ਕਿਉਂਕਿ ਜਾਂ ਮੋਦੀ ਨੂੰ ਵੋਟ ਪਾਉਣੀ ਸੀ ਜਾਂ ਮੋਦੀ ਦੇ ਅਗੇਂਸਟ ਵੋਟ ਪਾਉਣੀ ਸੀ। ਸਾਡਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਨਾ ਪ੍ਰੋ ਮੋਦੀ ਸੀ ਨਾ ਅਗੇਂਸਟ ਮੋਦੀ ਸੀ, ਇਸ ਕਰਕੇ ਲੋਕਾਂ ਦੇ ਵਿੱਚ ਐਕਸੈਪਟੇਬਿਲਟੀ ਜਿਹੜੀ ਆ ਉਹ ਨਹੀਂ ਹੋ ਸਕੀ। ਬਟ ਰਾਜਨੀਤਿਕ ਤੌਰ ਦੇ ਉੱਤੇ ਜਿਹੜਾ ਇਹ ਸਿਲਸਿਲਾ ਜਿਹੜਾ ਚੱਲਦਾ ਰਹਿੰਦਾ, ਔਰ ਇਹ ਲੰਬੀ ਲੜਾਈ ਹੈ, ਚੱਲਦੀ ਰਹੇਗੀ, ਕੋਈ ਐਸੀ ਗੱਲ ਨਹੀਂ। ਇਸ ਬਿਆਨ ਤੋਂ ਬਾਅਦ ਤੁਹਾਨੂੰ ਕਾਂਗਰਸ ਤੋਂ ਜਾਂ ਹਾਈ ਕਮਾਨ ਤੋਂ ਕੋਈ ਇੱਦਾਂ ਦਾ ਸੰਪਰਕ ਹੋਇਆ ਹੋਵੇ, ਜਾਂ ਫਿਰ ਜਦੋਂ ਵੱਡੀ ਗੱਲ ਉਦੋਂ ਜਦੋਂ ਚੋਣਾਂ ਮੁੱਕ ਗਈਆਂ ਉਸ ਤੋਂ ਬਾਅਦ ਕੋਈ ਸੰਪਰਕ ਤੁਹਾਡੇ ਨਾਲ ਹੋਇਆ ਹੋਵੇ ਕਿ ਕੇ ਪੀ ਸਾਹਿਬ ਕੋਈ ਗੱਲ ਨਹੀਂ ਚੀਜ਼ਾਂ ਨੂੰ ਸੁਧਾਰ ਲਿਆ ਜਾਏਗਾ, ਤੁਸੀਂ ਵਾਪਸ ਆ ਜਾਓ, ਕੋਈ ਅਜਿਹੀ ਗੱਲ ਹੋਈ? ਨਹੀਂ, ਕਦੇ ਕਾਂਗਰਸ ਨੇ ਕਦੇ ਇੱਦਾਂ ਦੀ ਲੋੜ ਮਹਿਸੂਸ ਹੀ ਨਹੀਂ ਕੀਤੀ, ਕਿਉਂਕਿ ਕਾਂਗਰਸ ਕੋਲ ਤਾਂ ਕਾਂਗਰਸ ਨੂੰ ਦੋ ਬੰਦੇ ਚਾਹੀਦੇ ਆ ਜਿਹੜਾ ਇਹਨੂੰ ਕੇਟਰਿੰਗ ਕਰਨ ਆਣ ਕੇ, ਫਲੈਟਰਿੰਗ ਕਰਨ, ਕੇਟਰਿੰਗ ਕਰਨ। ਅਸੀਂ ਉੱਦਾਂ ਦੇ ਨਾ ਕੇਟਰਿੰਗ ਵਾਲੇ ਹਾਂ ਨਾ ਫਲੈਟਰਿੰਗ ਵਾਲੇ ਹਾਂ, ਅਸੀਂ ਤਾਂ ਸਿਧਾਂਤ ਦੇ ਬੰਦੇ ਹਾਂ, ਕੰਮ ਕਰਨਾ ਲੋਕਾਂ ਦਾ, ਚਾਹੇ ਉਹ ਕਿਸੇ ਸਰਕਾਰ ਦੇ ਵਿੱਚ ਬਹਿ ਕੇ ਕਰ ਲਓ, ਬਿਨਾਂ ਸਰਕਾਰ ਤੋਂ ਕਰ ਲਓ, ਸਾਡਾ ਇੱਕ ਸੋਸ਼ਲ ਜਿਹੜਾ ਨੈਟਵਰਕ ਬਣਿਆ ਹੈ, ਸੋਸ਼ਲ ਨੈਟਵਰਕ ਦੇ ਹਿਸਾਬ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਾਂ। ਕੇ ਪੀ ਸਾਹਿਬ, ਜਲੰਧਰ ਵੈਸਟ ਦੀਆਂ ਚੋਣਾਂ ਦਾ ਬਾਈ ਇਲੈਕਸ਼ਨਸ ਬਣ ਗਈਆਂ, ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਦੇਖੀ ਗਈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਸ਼ੀਤਲ ਅਗਰਵਾਲ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੁੰਦੇ ਨੇ, ਔਰ ਮਹਿੰਦਰ ਭਗਤ ਨੂੰ ਜਿਹੜਾ ਆਮ ਆਦਮੀ ਪਾਰਟੀ ਇਸ ਵਕਤ ਆਪਣਾ ਉਮੀਦਵਾਰ ਐਲਾਨ ਚੁੱਕੀ ਹੋਈ, ਔਰ ਭਾਜਪਾ ਸ਼ੀਤਲ ਅਗਰਵਾਲ ਨੂੰ, ਕਿਸ ਤਰੀਕੇ ਨਾਲ ਸਮੀਖਿਆ ਕੀ ਦੇਖ ਰਹੇ ਹੋ ਜਲੰਧਰ ਵੈਸਟ ਚੋਣਾਂ ਦੀਆਂ, ਕਿਉਂਕਿ ਮਸਲੇ ਕਾਫੀ ਜ਼ਿਆਦਾ ਨੇ, ਔਰ ਖਾਸ ਕਰ ਤੁਹਾਡੀ ਜੇਕਰ ਗੱਲ ਕੀਤੀ ਜਾਵੇ ਜਲੰਧਰ ਦੇ ਵਾਸੀ ਹੋ ਤੁਸੀਂ, ਸਭ ਤੋਂ ਵੱਡੇ ਮਸਲੇ ਕੀ ਸਮਝਦੇ ਹੋ ਜਿਹੜਾ ਵੈਸਟ ਹਲਕਾ ਹੈਗਾ? ਦੇਖੋ, ਜਲੰਧਰ ਵੈਸਟ ਜਿਹੜਾ ਹੈਗਾ ਇਸ ਵੇਲੇ ਬੜਾ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ, ਚਾਰ ਹਲਕੇ ਤੁਹਾਨੂੰ ਗਿਣਾਏ ਆ, ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਜਿਹੜਾ ਜਲੰਧਰ ਵੈਸਟ ਹੈ ਜੀ, ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਲੰਧਰ ਵੈਸਟ ਨੂੰ ਕੇਟਰਿੰਗ ਕੀਤਾ ਗਿਆ ਕਿ ਇਹ ਇੱਕ ਕਿਸਮ ਦਾ ਇੱਥੇ ਲੋਲੈਸਨੈਸ ਸਭ ਤੋਂ ਜ਼ਿਆਦਾ, ਡਰੱਗਸ ਇੱਥੇ ਵਿਕ ਰਹੀ ਆ, ਲੋਟਰੀ ਇੱਥੇ ਵਿਕ ਰਹੀ ਆ, ਬਹੁਤ ਸਾਰੇ ਇੱਦਾਂ ਦੇ ਧੰਦੇ ਹੋ ਰਹੇ ਨੇ ਜਿਹੜੇ ਕਿ ਇੱਕ ਸੋਸ਼ਲੀ ਐਕਸੈਪਟੇਬਲ ਨਹੀਂ ਆ, ਉਹਨਾਂ ਨੂੰ ਪੈਟਰਨਾਈਜ਼ ਕੌਣ ਕਰ ਰਿਹਾ? ਪੋਲੀਟੀਸ਼ੀਅਨ ਪੈਟਰਨਾਈਜ਼ ਕਰ ਰਹੇ ਨੇ, ਔਰ ਇਸੇ ਕਰਕੇ ਜਿਹੜਾ ਲੋਕ ਜਿਹੜੇ ਦੁਖੀ ਨੇ ਕਿ ਇਕੱਲਾ, ਬਾਕੀ ਦੇ ਤਿੰਨ ਹਲਕੇ ਵੀ ਹੈ ਉੱਥੇ, ਬੜਾ ਸੋਹਣਾ ਸਮੂਥਲੀ ਜਿਹੜਾ ਕੰਮ ਚੱਲ ਰਿਹਾ,
ਤੋ ਇੱਕ ਨਵੇਂ ਕਿਸਮ ਦੀ ਜਿਹੜੀ ਰਾਜਨੀਤੀ ਜਿਹੜੀ ਇੱਥੇ ਕੀਤੀ ਗਈ ਹੈ ਜਲੰਧਰ ਵੈਸਟ 'ਚ, ਜਿਹੜੇ ਲੋਕ ਜਿਹੜੇ ਆ ਪਸੰਦ ਨਹੀਂ ਕਰਦੇ। ਪਰ ਜਿਸ ਤਰੀਕੇ ਦੇ ਨਾਲ ਹੁਣੇ ਲੋਕ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਨੇ, ਕੀ ਲੱਗਦਾ ਕਿ ਲੋਕ ਉਸ ਹਿਸਾਬ ਨਾਲ ਵੋਟ ਪਾਉਣ ਲਈ ਫਿਰ ਮੂਹਰੇ ਆਉਣਗੇ, ਖਾਸ ਕਰਕੇ ਵੈਸਟ ਹਲਕੇ ਦੇ ਵਿੱਚ, ਕਿਉਂਕਿ ਕਹਿੰਦੇ ਨੇ ਕਿ ਜ਼ਿਆਦਾ ਜਦੋਂ ਸਮਾਂ ਨਾ ਹੋਇਆ ਹੋਵੇ ਤਾਂ ਲੋਕ ਵੀ ਚੋਣਾਂ ਨੂੰ ਲੈ ਕੇ ਕਿਤੇ ਨਾ ਕਿਤੇ ਢਿੱਲੇ ਪੈ ਜਾਂਦੇ। ਬੜੀ ਫਸਵੀਂ ਲੜਾਈ ਹੋਈ ਹੈ ਇੱਥੇ। ਕਾਂਗਰਸ ਨੂੰ ਮੇਰੇ ਖਿਆਲ 'ਚ 1500 ਦੀ ਲੀਡ ਮਿਲੀ ਆ ਜੀ, ਜਿਹੜੀ ਕਿ ਮੈਂ ਸਮਝਦਾ ਕਿ ਇਸ ਹਾਲਾਤ ਦੇ ਵਿੱਚ ਉਹ ਬਹੁਤ ਘੱਟ ਲੀਡ ਸੀਗੀ, ਕਿਉਂਕਿ ਜਿਸ ਤਰੀਕੇ ਨਾਲ ਜਲੰਧਰ ਵੈਸਟ ਇਲਾਕੇ ਦੇ ਵਿੱਚ ਲੋਕ ਜਿਹੜੇ ਵੋਟਿੰਗ ਪੈਟਰਨ ਹੁੰਦਾ ਉਦਾਂ ਦਾ ਨਹੀਂ ਹੋਇਆ, ਕਿਉਂਕਿ ਲੋਕਾਂ ਨੂੰ ਕੋਈ ਸੇਧ ਨਹੀਂ ਮਿਲ ਰਹੀ, ਇਸ ਕਰਕੇ ਲੋਕ ਜਿਹੜੇ ਆ ਆਪ ਮੁਹਾਰੇ ਚੱਲ ਰਹੇ ਨੇ। ਔਰ ਇਹ ਜਿਹੜਾ ਬਾਈ ਇਲੈਕਸ਼ਨ ਆ, ਇੱਕ ਤਾਂ ਗਰਮੀ ਬੜੀ ਆ, ਇੱਥੇ ਲੋਕਾਂ ਨੇ ਅਜਮਾ ਕੇ ਵੀ ਦੇਖ ਲਿਆ, ਔਰ ਮੈਨੂੰ ਲੱਗਦਾ ਕਿ ਪੋਲਿੰਗ ਜਿਹੜੀ ਆ ਉਹ ਲੋਕ ਸਭਾ ਨਾਲੋਂ ਵੀ ਘੱਟ ਹੋਏਗੀ, ਔਰ ਉਹਦੇ ਨਾਲ ਜਿਹੜਾ ਫਾਇਦਾ ਜਿਹੜਾ ਹੈਗਾ ਉਹ ਆਮ ਤੌਰ ਦੇ ਉੱਤੇ ਜਿਹੜਾ ਉਹਨਾਂ ਲੋਕਾਂ ਨੂੰ ਹੁੰਦਾ ਜਿਹੜੇ ਸਰਕਾਰ ਚਲਾ ਰਹੇ ਨੇ, ਜਿਹੜੇ ਸਰਕਾਰ ਚਲਾ ਰਹੇ ਆਮ ਆਦਮੀ ਪਾਰਟੀ ਵਾਲੇ ਉਹ ਵੀ ਲੋਅਸਟ ਸਟੈਪ ਦੇ ਉੱਤੇ ਇਸ ਵੇਲੇ ਹੈਗੇ ਆ। ਹੁਣ ਦੇਖੋ ਭਗਵੰਤ ਮਾਨ ਔਰ ਉਹਨਾਂ ਦੇ ਜਿੰਨੇ ਵੀ ਮਿਨਿਸਟਰ ਆ ਇੱਥੇ ਬਾਈ ਇਲੈਕਸ਼ਨ ਨੂੰ ਉਹ ਇੱਥੇ ਰਨ ਕਰਨਗੇ, ਪ੍ਰੈਸ਼ਰ ਵੀ ਪਾਉਣਗੇ, ਪੈਸਾ ਵੀ ਵੰਡਣਗੇ, ਸ਼ਰਾਬ ਵੀ ਵੰਡਣਗੇ, ਇਹ ਚੀਜ਼ਾਂ ਜਿਹੜੀਆਂ ਨੋਰਮਲ ਕੋਰਸ ਦੇ ਵਿੱਚ ਇੱਕ ਇਲੈਕਸ਼ਨ ਪ੍ਰਕਿਰਿਆ ਦੇ ਵਿੱਚ। ਪਰ ਉਹ ਤਾਂ ਕਹਿੰਦੇ ਕਿ ਅਸੀਂ ਤਾਂ ਇਹਨਾਂ ਪ੍ਰਕਿਰਿਆਵਾਂ ਤੋਂ ਕਾਫੀ ਦੂਰ ਹਾਂ, ਅਸੀਂ ਕਹਿੰਦੇ ਕੋਈ ਸਿਫਾਰਿਸ਼ਾਂ ਨਹੀਂ ਪਾਉਂਦੇ, ਨੌਕਰੀਆਂ ਦੀ ਗੱਲ ਕਰਦੇ ਨੇ ਕਹਿੰਦੇ ਕੋਈ ਸਿਫਾਰਿਸ਼ ਦੇ ਉੱਤੇ ਨੌਕਰੀ ਨਹੀਂ ਦਿੱਤੀ ਗਈ, ਗਰੰਟੀਆਂ ਦੀ ਗੱਲ ਕਰਦੇ ਕਹਿੰਦੇ ਅਸੀਂ ਤਾਂ ਕੰਮ ਦੀ ਰਾਜਨੀਤੀ ਕਰਕੇ ਵੋਟ ਮੰਗਣੀ। ਤਾਂ ਹੀ ਉਹ 92 ਦੇ ਉੱਤੇ 33 ਦੇ ਉੱਤੇ ਆ ਗਏ ਨਾ। ਹੁਣ ਜਦੋਂ ਇੱਥੇ ਜਦੋਂ ਲੋਕਾਂ ਦੇ ਵਿੱਚ ਜਾਣਗੇ ਫਿਰ ਪਤਾ ਲੱਗ ਜਾਏਗਾ ਕਿ ਕਿੰਨੇ ਵੋਟ ਜਿਹੜੀ ਆ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ, ਕਿਉਂਕਿ ਨੌਕਰੀਆਂ ਦੇਣਾ ਸਰਕਾਰ ਦੀ ਇੱਕ ਨੋਰਮਲ ਪ੍ਰਕਿਰਿਆ ਹੈ। ਹਮੇਸ਼ਾ ਸਰਕਾਰਾਂ ਨੌਕਰੀਆਂ ਦਿੰਦੀਆਂ ਰਹੀਆਂ, ਕਦੇ ਬੋਰਡ ਲਾ ਕੇ ਇਸ਼ਤਿਹਾਰ ਲਾ ਕੇ ਉਹਦਾ ਪ੍ਰਚਾਰ ਨਹੀਂ ਕੀਤਾ ਜਾਂਦਾ ਕਿ ਅਸੀਂ ਇੰਨੀਆਂ ਨੌਕਰੀਆਂ ਜਿਹੜੀਆਂ ਦੇ ਦਿੱਤੀਆਂ। ਨਾਲੇ ਨੌਕਰੀਆਂ ਦੇਣੀਆਂ ਇੰਪਲਾਈਮੈਂਟ ਐਕਸਚੇਂਜ ਦਾ ਕੰਮ ਹੈ, ਇੰਪਲਾਈਮੈਂਟ ਡਿਪਾਰਟਮੈਂਟ ਬਣਿਆ ਹੈ ਉਹਦੇ ਲਈ, ਰੁਜ਼ਗਾਰ ਡਿਪਾਰਟਮੈਂਟ ਹੈ, ਉਹ ਉਹਨਾਂ ਦਾ ਕੰਮ ਹੈ, ਨਾ ਕਿ ਇੱਕ ਮੁੱਖ ਮੰਤਰੀ ਦਾ ਕੰਮ ਹੈ। ਮੁੱਖ ਮੰਤਰੀ ਦਾ ਕੰਮ ਹੈ ਚੰਗਾ ਰਾਜਤੰਤਰ ਨੂੰ ਚਲਾਉਣਾ, ਲੋਲੈਸਨੈਸ ਜਿਹੜੀ ਹੋਈ ਹੈ ਉਹਨਾਂ ਨੂੰ ਠੀਕ ਕਰਨਾ। ਨਸ਼ਾ ਕਹਿੰਦੇ ਸੀ ਅਸੀਂ ਬੰਦ ਕਰਾ ਦਿਆਂਗੇ, ਅੱਜ ਮੈਂ ਸਮਝਦਾ ਕਿ 2.5 ਸਾਲ ਹੋ ਗਏ ਨਾ ਇਹ ਸਰਕਾਰ ਬਣੀ ਨੂੰ, ਅੱਜ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਹੈਗਾ। ਉਹ ਕਿਸੇ ਚੀਜ਼ ਦੇ ਉੱਤੇ ਕੰਟਰੋਲ ਨਹੀਂ ਆ। ਹੁਣ ਕਹਿਣ ਨੂੰ ਕਿਉਂਕਿ ਮੀਡੀਆ ਇਹਨਾਂ ਦੇ ਕੋਲ ਆ, ਸਰਕਾਰ ਇਹਨਾਂ ਦੇ ਕੋਲ ਆ, ਸਭ ਤੋਂ ਜ਼ਿਆਦਾ ਪੈਸਾ ਜਿਹੜਾ ਐਡਵਰਟਾਈਜ਼ਮੈਂਟ ਦੇ ਉੱਤੇ ਪੰਜਾਬ ਦੀ ਸਰਕਾਰ ਜਿਹੜੀ ਖਰਚ ਕਰ ਰਹੀ ਹੈ, ਅਤੇ ਉਹਨਾਂ ਨੇ ਆਪਣਾ ਜਿਹੜਾ ਖਰਚਾ ਦਿਖਾਲਣ ਵਾਸਤੇ, ਖਰਚੇ ਨੂੰ ਦੀ ਪੂਰਤੀ ਕਰਨ ਵਾਸਤੇ ਕੋਈ ਨਾ ਕੋਈ ਖਬਰ ਜਿਹੜੀ ਹੈ ਉਹ ਮੀਡੀਆ ਦੇ ਥਰੂ ਹਮੇਸ਼ਾ ਲੱਗਦੀ ਰਹਿੰਦੀ। KP ਸਾਹਿਬ, ਇੱਥੇ ਮਹਿੰਦਰ ਭਗਤ ਹਾਣਾ ਦੀ ਗੱਲ ਕਰ ਲਈ ਜਾਵੇ ਤਾਂ ਕਿਸੇ ਸਮੇਂ ਮਹਿੰਦਰ ਭਗਤ ਜਾਂ ਫਿਰ ਉਹਨਾਂ ਦੇ ਪਿਤਾ ਜੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਪੂਰੀ ਫੈਮਿਲੀ ਜਿਹੜੀ ਉਹ ਭਾਜਪਾ ਦੇ ਵਿੱਚ ਸੀਗੀ, ਔਰ ਜਦੋਂ ਲੋਕ ਸਭਾ ਜਦੋਂ ਵਿਧਾਨ ਸਭਾ 2022 ਦੀਆਂ ਚੋਣਾਂ ਹੋਈਆਂ ਸੀ ਉਸ ਤੋਂ ਬਾਅਦ ਮਹਿੰਦਰ ਭਗਤ ਜਿਹੜੇ ਨੇ ਉਹ ਆਮ ਆਦਮੀ ਪਾਰਟੀ 'ਚ ਆਏ ਸੀ, ਔਰ ਸਿੱਧੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੇ ਹੁਣ ਇਹਨਾਂ ਦੇ ਉੱਤੇ ਭਰੋਸਾ ਵੀ ਦਿਖਾ ਦਿੱਤਾ ਕਿ 2000 ਜਿਹੜੀਆਂ ਬਾਈ ਇਲੈਕਸ਼ਨ ਹੋ ਰਹੀਆਂ ਨੇ ਵੈਸਟ ਦੀਆਂ, ਤੁਸੀਂ ਇੱਥੇ ਖੜ੍ਹੇ ਹੋਵੋ, ਇਸ ਪੂਰੇ ਸਮੀਖਿਆ ਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਜਲੰਧਰ ਵੈਸਟ ਹਲਕੇ ਦੇ ਵਿੱਚ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਕਤ ਸਭ ਤੋਂ ਜ਼ਿਆਦਾ ਮੂਵਮੈਂਟ ਜਿਹੜੀ ਦੇਖਣ ਨੂੰ ਮਿਲੀ ਹੈ, ਫਿਰ ਭਾਵੇਂ ਉਹ ਸੁਸ਼ੀਲ ਰਿੰਕੂ ਦੀ ਹੋਵੇ, ਜਦੋਂ ਉਹ ਆਮ ਆਦਮੀ ਪਾਰਟੀ ਛੱਡ ਕੇ ਜਿਹੜਾ ਹੈ BJP 'ਚ ਆ ਗਏ, ਲੋਕ ਸਭਾ ਦੀਆਂ ਚੋਣਾਂ ਸੀਗੀਆਂ, ਪਰ ਰੈਪ੍ਰੈਜੈਂਟ ਉਹ ਪਹਿਲਾਂ ਵੈਸਟ ਹਲਕੇ ਨੂੰ ਹੀ ਕਰਦੇ ਸੀ ਕਾਂਗਰਸ ਤੋਂ, ਉਸ ਤੋਂ ਬਾਅਦ ਸ਼ੀਤਲ ਅੰਗਰਾਲ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਛੱਡ ਕੇ ਉਹ ਵੀ ਭਾਜਪਾ 'ਚ ਆ ਗਏ, ਔਰ ਮਹਿੰਦਰ ਭਗਤ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਜਿਹੜਾ ਹੈ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ 'ਚ ਆ ਗਏ। ਅਤੇ ਦੇਖੋ ਗੱਲ ਇਹ ਆ ਕਿ ਮਹਿੰਦਰ ਭਗਤ ਔਰ ਉਹਨਾਂ ਦੇ ਪਿਤਾ ਜੀ ਚੁਨੀ ਲਾਲ ਜੀ, ਭਗਤ ਚੁਨੀ ਲਾਲ ਜੀ ਉਹ ਟਕਸਾਲੀ BJP ਦੇ ਬੰਦੇ ਨੇ ਜੀ, ਔਰ ਉਹਨਾਂ ਨੇ ਆਪਣੇ ਆਪ ਨੂੰ ਪ੍ਰੈਫਰ ਕੀਤਾ ਕਿ ਮੈਂ BJP 'ਚ ਰਹਿਣਾ। ਉਹ ਮਹਿੰਦਰ ਭਗਤ ਜੀ ਆਏ ਆ, ਉਹਨਾਂ ਦੀ ਆਪਣੀ ਰਾਜਨੀਤੀ ਆ, ਲੇਕਿਨ ਅਸੀਂ ਦੋ ਪਰਿਵਾਰ ਆ ਜਿਹੜੇ ਆਪਸ ਦੇ ਵਿੱਚ ਲੜਦੇ ਰਹੇ, ਉਹ BJP ਵੱਲੋਂ ਲੜਦੇ ਰਹੇ, ਸਾਡਾ ਪਰਿਵਾਰ ਕਾਂਗਰਸ ਵੱਲੋਂ ਕਾਂਗਰਸ ਵੱਲੋਂ ਜੀ। ਤੁਸੀਂ ਕਿਸੇ ਵੀ ਹਲਕੇ 'ਚ ਪੁੱਛ ਕੇ ਦੇਖ ਲਓ ਵੀ ਭਗਤ ਚੁਨੀ ਲਾਲ ਵੇਲੇ ਜਾਂ ਮਹਿੰਦਰ ਸਿੰਘ KP ਦੇ ਵੇਲੇ
ਕਦੇ ਕੋਈ ਇੱਥੇ ਡਰੱਗ ਵਿਕਦੀ ਸੀ, ਕੋਈ ਲਾਟਰੀ ਲੱਗਦੀ ਸੀ, ਕੋਈ ਸੱਟਾ ਲੱਗਦਾ ਸੀ, ਕਿਸੇ ਨੂੰ ਤੰਗ ਕੀਤਾ ਜਾਂਦਾ ਸੀ, ਪਰੇਸ਼ਾਨ ਕੀਤਾ ਜਾਂਦਾ ਸੀ, ਲੋਕ ਕਹਿਣਗੇ ਨਹੀਂ। ਅਤੇ ਉਸ ਤੋਂ ਬਾਅਦ ਜਦੋਂ ਦੋਨੇ ਅਸੀਂ ਦੋਨੇ ਪਰਿਵਾਰ ਜਦੋਂ ਸਾਈਡ 'ਤੇ ਹੋ ਗਏ, ਉਸ ਤੋਂ ਬਾਅਦ ਜਿਹੜੀਆਂ ਅਲਾਮਤਾਂ ਜਿਹੜੀਆਂ ਮੈਂ ਗਿਣਾ ਰਿਹਾ ਇਹ ਸਾਰੀਆਂ ਪ੍ਰਵੇਲ ਕਰ ਰਹੀਆਂ, ਔਰ ਇਸਨੂੰ ਕੰਟਰੋਲ ਕਰਨ ਦੀ ਲੋੜ ਹੈ। ਔਰ ਮੈਂ ਸਮਝਦਾ ਕਿ ਜਿਹੜਾ ਕੋਈ ਚੰਗਾ ਇੱਕ ਰਾਜਨੀਤਿਕ ਤਜਰਬੇਕਾਰ ਬੰਦਾ ਹੀ ਇਸਨੂੰ ਕੰਟਰੋਲ ਕਰ ਸਕਦਾ। ਸੋ ਫਿਲਹਾਲ ਆਪਾਂ ਇਹ ਕਹਿ ਸਕਦੇ ਕਿ KP ਸਾਹਿਬ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਨੇ, ਔਰ ਸਮੀਖਿਆ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਬਣਾਉਣ 'ਚ ਹੀ ਅੱਗੇ ਦਿਖਾਉਣਗੇ? ਨਹੀਂ, ਬਿਲਕੁਲ, ਅਸੀਂ ਆਪਣੀ ਤਿਆਰੀ ਕਰ ਰਹੇ ਹਾਂ। ਅਸੀਂ ਆਪਣੇ ਕੱਲ੍ਹ ਸ਼ਾਰਟਲਿਸਟ ਕਰਕੇ ਆਪਣੀ ਹਾਈਕਮਾਂਡ ਨੂੰ ਭੇਜ ਦਿੱਤੇ ਆ ਬੰਦੇ, ਇੱਕ ਅੱਧੇ ਦਿਨ ਦੇ ਵਿੱਚ ਅਨਾਊਂਸ ਹੋ ਜਾਏ ਕਿ ਅਸੀਂ ਆਪਣੀ ਜਲੰਧਰ ਵੈਸਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਜਿਹੜਾ ਕੱਲ੍ਹ ਤੋਂ ਸ਼ੁਰੂ ਕਰ ਦੇਣ, ਕਿਉਂਕਿ ਨੋਮੀਨੇਸ਼ਨ ਨੂੰ ਵੀ ਕਾਫੀ ਘੱਟ ਸਮਾਂ ਰਹਿ ਗਿਆ। ਬਿਲਕੁਲ, ਹੁਣ ਇਹ ਟਾਈਮ ਹੀ ਇੰਨਾ ਸ਼ੋਰਟ ਦਿੱਤਾ ਗਿਆ ਟਾਈਮ। ਇੱਕ ਪਾਸੇ ਤਾਂ ਇਲੈਕਸ਼ਨ ਕਮਿਸ਼ਨ ਜਦੋਂ ਇਲੈਕਸ਼ਨ ਸਮਾਪਤ ਹੋਇਆ ਉਸ ਵੇਲੇ ਲੋਕਾਂ ਕੋਲੋਂ ਮਾਫ਼ੀ ਮੰਗ ਰਹੇ ਸੀ, ਬਹੁਤ ਗਰਮੀ ਦੇ ਵਿੱਚ ਸਾਨੂੰ ਇਲੈਕਸ਼ਨ ਕਰਾਉਣੇ ਪਏ, ਦੂਜੇ ਪਾਸੇ ਜਲੰਧਰ ਵੈਸਟ ਦਾ ਇਲੈਕਸ਼ਨ ਵੀ ਇੱਕਦਮ ਐਕਸਟ੍ਰੀਮ ਗਰਮੀ ਦੇ ਵਿੱਚ ਕਰਾ ਦਿੱਤਾ ਗਿਆ। ਚਲੋ, ਇਹ ਉਹਨਾਂ ਦੀ ਆਪਣੀ ਪ੍ਰਕਿਰਿਆ ਚੱਲ ਪਈ ਹੈ, ਖਤਮ ਹੋ ਜਾਏਗੀ, ਲੇਕਿਨ ਲੋਕਾਂ ਨੂੰ ਅਸੁਵਿਧਾ ਹੁੰਦੀ ਹੈ ਇਸ ਗੱਲ ਦੇ ਉੱਤੇ, ਇੰਨੀ ਐਕਸਟ੍ਰੀਮ ਗਰਮੀ ਦੇ ਵਿੱਚ ਬਿਜਲੀ ਵੀ ਬੰਦ ਆ। ਤੁਸੀਂ ਦੇਖਿਆ, ਮੈਂ ਉੱਧਰ ਘਰ ਵੇਟ ਕਰ ਰਿਹਾ ਤੁਹਾਡੀ, ਤਾਂ ਉੱਥੇ 2 ਘੰਟੇ ਦੀ ਲਾਈਟ ਜਿਹੜੀ ਉਹ ਬੰਦ ਸੀ, ਇਸੇ ਕਰਕੇ ਅਸੀਂ ਇੱਥੇ ਆਣ ਕੇ ਤੁਹਾਡੇ ਲਈ ਕਿ ਤੁਹਾਨੂੰ ਕੋਈ ਠੰਡੀ ਜਗ੍ਹਾ 'ਤੇ ਅਸੀਂ ਬਿਠਾ ਸਕੀਏ, ਬਿਲਕੁਲ, ਅਤੇ ਇੱਥੇ ਆਣ ਕੇ ਪ੍ਰਬੰਧ ਕੀਤਾ। ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਨਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ KP ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਸੋ ਇਸ ਸੰਚਾਰ ਨੂੰ ਮਹਿੰਦਰ ਸਿੰਘ KP ਜੋ ਕਿ ਇਸ ਗੱਲ ਦੇ ਉੱਤੇ ਖੰਡਨ ਕਰਦੇ ਹੋਏ ਨਜ਼ਰ ਆਏ ਨੇ ਕਿ ਕੋਈ ਵੀ ਪਲਾਨ ਜਿਹੜਾ ਹੈ ਮਹਿੰਦਰ KP ਦਾ ਨਹੀਂ ਹੈ ਕਿ ਉਹ ਕਾਂਗਰਸ ਦੇ ਵਿੱਚ ਘਰ ਵਾਪਸੀ ਕਰਨਗੇ। ਸਿੱਧੇ ਤੌਰ ਦੇ ਉੱਤੇ ਕਹਿ ਰਹੇ ਨੇ ਕਿ ਜਲੰਧਰ ਵੈਸਟ ਦੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਉਸੇ ਪਾਰਟੀ ਤੋਂ ਜਿਹੜਾ ਲਗਾਤਾਰ ਜਿਹੜਾ ਵੀ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦਾ ਚੁਣਿਆ ਜਾਏਗਾ ਉਸਦੀ ਸਪੋਰਟ ਕਰਨਗੇ, ਔਰ ਕੋਈ ਵੀ ਅਜਿਹਾ ਪਲਾਨ ਨਹੀਂ ਹੈ। ਜੋ ਵੀ ਇਸ ਖਬਰ ਆਈ ਹੈ ਇਹ ਸਿਰਫ ਅਤੇ ਸਿਰਫ ਕਾਂਗਰਸ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਕੈਮਰਾ ਪਰਸਨ ਰਵਿੰਦਰ ਦੇ ਨਾਲ ਸਾਜਿੰਦਰ ਰੂਲਾ, ਲਿਵਿੰਗ ਇੰਡੀਆ ਨਿਊਜ਼, ਜਲੰਧਰ।